वाहेगुरु जी का खालसा, वाहेगुरु जी की फतेह। संगत जी, 2017 च 18 च 17-18 ਦੇ ਵਿੱਚ ਮਨਦੀਪ ਜੀ ਸ਼ਾਹਬਾਦ ਹਰਿਆਣੇ ਦੇ ਵਿੱਚ ਘਰ ਦੀ ਸੇਵਾ ਦੀ ਉਸਾਰੀ ਸੰਗਤ ਨੇ ਕੀਤੀ ਸੀਗੀ। ਕਿੰਨਾ ਕੁ ਪੈਸਾ ਲੱਗੇ ਸੀ ਇਹਨੂੰ? 3,12,000 ਦੇ ਕਰੀਬ ਲੱਗੇ। 3,12,000 ਰੁਪਏ ਦੇ ਵਿੱਚ ਇਸ ਘਰ ਦੀ ਸੇਵਾ ਦੀ ਉਸਾਰੀ ਦੇ ਵਿੱਚ ਸਹਿਯੋਗ ਪਾਇਆ ਗਿਆ ਸੀਗਾ। ਹਾਲਾਤ ਬਦਲੇ ਔਰ ਮਨਦੀਪ ਹੁਣ ਟਾਇਨੋਰ ਦੇ ਵਿੱਚ ਜੋਬ ਕਰਦਾ ਮੋਹਾਲੀ ਦੇ ਵਿੱਚ। ਅੱਜ ਰਤਵਾੜੇ ਸੈਂਟਰ ਆਪਣਾ ਦਸਵੰਦ ਕੱਢ ਕੇ ਆਇਆ ਔਰ ਸੇਵਾ ਪਾ ਕੇ ਆਇਆ ਉੱਥੇ। ਔਰ ਦੋ ਵਾਰੀ ਮੈਂ ਕਹਿੰਦਾ ਦੋ ਵਾਰੀ ਬਲੱਡ ਡੋਨੇਟ ਕਰਕੇ ਉਹ ਪੋਜ਼ਿਟਿਵ ਬਲੱਡ ਹੈਗਾ, ਫਿਲਹਾਲ ਇੱਕ ਵਾਰੀ ਕੀਤਾ। ਸੋ ਸਪੈਸ਼ਲੀ ਫੋਨ ਕੀਤਾ ਕਿ ਮੈਂ ਬਲੱਡ ਡੋਨੇਟ ਕਰਨਾ ਚਾਹੁੰਦਾ, ਬਲੱਡ ਦੀ ਸੇਵਾ ਕਰਨਾ ਚਾਹੁੰਦਾ। ਫਿਰ ਸਾਡੇ ਕੋਲ ਇੱਕ ਰਿਕੁਆਇਰਮੈਂਟ ਆਈ ਸੀ ਉੱਥੇ ਲਈ ਕਿਹਾ ਇਹਨੂੰ। ਸੋ ਇਸ ਤਰੀਕੇ ਨਾਲ ਸੇਵਾ ਸਹਿਯੋਗ ਜਿਨ੍ਹਾਂ ਨੇ ਸੰਗਤ ਦੀ ਮਾਇਆ ਦੇ ਦਸਵੰਧਾਂ ਦੇ ਵਿੱਚੋਂ ਬੈਨੀਫਿਸ਼ਰੀ ਰਹੇ ਆ ਉਹ ਵੀ ਹੁਣ ਆਪ ਦਸਵੰਧ ਕੱਢ ਰਹੇ ਨੇ। ਸੋ ਬਹੁਤ ਬਹੁਤ ਧੰਨਵਾਦ ਹੈ ਜੋ ਸਾਰੇ ਵੀਰਾਂ ਭੈਣਾਂ ਨੂੰ ਸੇਧ ਦੇ ਰਹੇ ਹੋ ਤੁਸੀਂ ਸੰਗਤ ਰੂਪ ਦੇ ਵਿੱਚ, ਬਹੁਤ ਧੰਨਵਾਦ ਹੈ। ਮੈਨੂੰ ਕੋਈ ਬੋਲਣਾ ਚਾਹੋਗੇ? ਮੈਂ ਕਹਿੰਦਾ ਅਮਰਜੀਤ ਦੇ ਮਾਮਾ ਜੀ ਸੀ ਸੈਨ ਹੋਜ਼ੇ ਤੋਂ, ਗੁਰੂ ਨਾਨਕ ਪਬਲਿਕ ਸਕੂਲ, ਉਹਨਾਂ ਨੇ ਸੇਵਾ ਭੇਜੀ ਸੀ ਤੁਹਾਡੇ ਲਈ, ਮੈਨੂੰ ਯਾਦ ਹੈ USA ਤੋਂ, ਅਤੇ ਉਹ ਦੇਖ ਰਹੇ ਹੋਣਗੇ। ਕੁਛ ਕਹਿਣਾ ਚਾਹੋਗੇ ਸੰਗਤ ਲਈ? ਮੈਂ ਨਾਮ ਮਨਦੀਪ ਸਿੰਘ, ਮੈਂ ਸ਼ਾਹਬਾਦ ਮਾਰਕੀਟ ਮੈਂ ਰਹਿਣ ਵਾਲਾ ਜੀ। ਠੀਕ ਹੈ ਜੀ ਸਰ, ਮੈਂ 2018 ਦੇ ਵਿੱਚ ਮੇਰੀ ਹੈਲਪ ਭਾਜੀ ਸੁਣ ਗਈ ਹੁਣ। ਨਹੀਂ ਨਹੀਂ, ਸੰਗਤ ਨੇ ਕੀਤੀ ਸੀ ਸਪੈਸ਼ਲੀ ਗੁਰੂ ਨਾਨਕ ਖਾਲਸਾ ਸਕੂਲ ਸੈਨ ਹੋਜ਼ੇ। ਮੇਰੀ ਸ਼ਕਲਾਂ ਹੁੰਦੀ ਨਾ ਮਿਲਦੇ ਤਾਂ ਅੱਜ ਮੈਂ ਇਸ ਦੁਨੀਆ 'ਤੇ, ਮੁਸ਼ਕਿਲ ਹੀ ਸੀਗਾ। ਪੋਜ਼ਟਿਵ ਮੈਂ ਬਹੁਤ ਇਹ ਮੈਨੂੰ ਮਿਲੇ ਨੇ, ਐਕਸਟਰਾ ਮੇਰੇ ਲਈ ਰੱਬ ਰੋਲ ਗਏ ਨੇ। ਨਹੀਂ ਵਾਹਿਗੁਰੂ, ਜੋ ਹੈ ਮੇਰੀ ਸ਼ਕਲਾਂ ਜ਼ਿਆਦਾ ਨਹੀਂ, ਸੱਚਾਈ ਹੈ ਜੋ। ਸੰਗਤ ਜੀ, ਇਹ ਤੁਹਾਡੀ ਬਖਸ਼ਿਆ ਹੋਇਆ ਬਾਲਾ ਗੁਰੂ ਰੂਪ ਦੇ ਵਿੱਚ ਜੋ ਇਹੋ ਜਿਹੇ ਲੋਕ ਬਹੁਤ ਜ਼ਿਆਦਾ ਪਿਆਰ ਸਤਿਕਾਰ ਦਿੰਦੇ ਹੈ, ਔਨ ਬਿਹਾਫ ਆਫ ਯੂ ਮੈਂ ਇਹਨੂੰ ਐਕਸੈਪਟ ਕਰਦਾ। ਸਭ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਹੈਲਪ ਕੀਤੀ ਸੀਗੀ। ਅੱਜ ਮੈਂ ਪਰਮਾਤਮਾ ਦੀ ਕਿਰਪਾ ਨਾਲ ਇੱਥੇ ਤੱਕ ਪਹੁੰਚਿਆ ਜੀ। ਸਾਰਿਆਂ ਦਾ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ। ਇਹ ਪੋਜ਼ਿਟਿਵ ਸਟੋਰੀਜ਼ ਨੂੰ ਪਲੀਜ਼ ਸ਼ੇਅਰ ਕਰਦੇ ਰਹੋ, ਹੈ ਨਾ, ਕਿਉਂਕਿ ਇਹ ਨੈਗੇਟਿਵ ਔਰ ਸਟ੍ਰੈਸਫੁਲ ਵਰਲਡ ਦੇ ਵਿੱਚ ਨਾ ਇਹ ਪੋਜ਼ਿਟਿਵ ਆਊਟਕਮਸ ਤੁਸੀਂ ਸੰਗਤ ਰੂਪ ਦੇ ਵਿੱਚ ਕੱਢ ਰਹੇ ਹੋ, ਔਰ ਇਹਨੂੰ ਸ਼ੇਅਰ ਜ਼ਰੂਰ ਕਰਿਆ ਕਰੋ।